ਸਤਿ ਸ੍ਰੀ ਅਕਾਲ ਜੀ ਸਾਹਿਬ ਇੰਗਲਿਸ਼ ਵੋਕੈਬਲਰੀ ਅੰਗਰੇਜ਼ੀ ਸ਼ਬਦ ਕੋਸ਼ ਦਾ ਭਾਗ 29 ਲੈ ਕੇ ਹਾਜ਼ਰ ਅੱਜ ਦੇ ਇਸ ਭਾਗ ਵਿੱਚ ਅਸੀਂ ਸਿਨੋਨਿਮਸ ਕਰਾਂਗੇ ਫੇਮਸ ਵਰਡ ਦੇ ਯਾਨੀ ਕਿ ਮਸ਼ਹੂਰ ਸ਼ਬਦ ਦੇ ਜਿਹੜੇ ਸਮਾਨ ਅਰਥ ਸ਼ਬਦ ਹੈ ਉਹਨਾਂ ਨੂੰ ਸਮਝਣਗੇ ਸੋ ਸ਼ੁਰੂ ਕਰਦੇ ਹਾਂ ਫੇਮਸ ਦਾ ਮਤਲਬ ਪੰਜਾਬੀ ਦੇ ਵਿੱਚ ਮਸ਼ਹੂਰ ਹੁੰਦੇ ਸੋ ਇਹਦੇ ਜਿਹੜੇ ਸਿਨੋਨਿਮਸ ਹੈ ਇੰਗਲਿਸ਼ ਦੇ ਵਿੱਚ ਉਹ ਆ ਜਾਂਦਾ ਪ੍ਰੋਮੀਨੈਂਟ ਵੈਲ ਨੋਨ ਪਾਪੂਲਰ ਫੇਮਡ ਸੈਲੀਬ੍ਰੇਟਡ ਐਮੀਨੈਂਟ ਆਨਰਡ ਨੋਟੇਬਲ ਰੀਓਨਡ ਰੀਮਾਰਕੇਬਲ ਬਟ ਜਿਹੜੇ ਰਾਈਟਿੰਗ ਦੇ ਵਿੱਚ ਵਰਤੇ ਜਾਂਦੇ ਜੀ ਉਹ ਇੱਕ ਤਾਂ ਪ੍ਰੋਮੀਨੈਂਟ ਵੈਲ ਨੋਨ ਪਾਪੂਲਰ ਐਮੀਨੈਂਟ ਆਨਰਡ ਤੇ ਨੋਟੇਬਲ ਇਹ ਜਿਹੜੇ ਜ਼ਿਆਦਾ ਰਾਈਟਿੰਗ ਦੇ ਵਿੱਚ ਵਰਤੇ ਜਾਂਦੇ ਰਾਈਟਿੰਗ ਦੇ ਵਿੱਚ ਜਿਹੜੇ ਵਰਤੇ ਜਾਂਦੇ ਉਹ ਆ ਗਏ ਆਪਣੇ ਪ੍ਰੋਮੀਨੈਂਟ ਵੈਲ ਨੋਨ ਪਾਪੂਲਰ ਫੇਮਡ ਐਮੀਨੈਂਟ ਆਨਰਡ ਤੇ ਨੋਟੇਬਲ ਇਹ ਜਿਹੜੇ ਸ਼ਬਦ ਨੇ ਸਾਡੇ ਰਾਈਟਿੰਗ ਦੇ ਵਿੱਚ ਜ਼ਿਆਦਾ ਵਰਤੇ ਜਾਂਦੇ ਸੋ ਧੰਨਵਾਦ।